ਪੰਜਾਬ ਅਤੇ ਚੰਡੀਗੜ੍ਹ 31 ਮਾਰਚ ਤੱਕ ਲੋਕਡਾਊਨ ਰਹਿਣਗੇ, ਪਰ ਇਸਦੇ ਮਾਇਨੇ ਕੀ ਨੇ, ਕੀ ਮਤਲਬ ਹੁੰਦਾ ਹੈ ਲੋਕਡਾਊਨ ਦਾ ਅਤੇ ਇਹ ਤੁਹਾਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰੇਗਾ, ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸਾਂਗੇ। ਪਰ ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ ਪੰਜਾਬ ਸਰਕਾਰ ਦਾ ਹੁਕਮ ਹੈ ਕੀ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਪੰਜਾਬ ਵਿੱਚ 13 ਪੋਜ਼ਿਟਿਵ ਕੇਸ ਹਨ ਅਤੇ 1 ਮੌਤ ਹੋ ਚੁੱਕੀ ਹੈ। ਚੰਡੀਗੜ੍ਹ ਵਿੱਚ ਵੀ 6 ਕੇਸ ਪੋਜ਼ਿਟਿਵ ਪਾਏ ਗਏ ਹਨ। ਇਹ ਵੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਡਾਊਨ ਦਾ ਹੁਕਮ ਜਾਰੀ ਕੀਤਾ ਹੈ। ਇਸ ਆਦੇਸ਼ ਦੇ ਮੁਤਾਬਕ ਜਿਹੜੀਆਂ ਜ਼ਰੂਰੀ ਸੇਵਾਵਾਂ ਹਨ, ਕਈ ਜ਼ਰੂਰੀ ਸੇਵਾਵਾਂ ਉਹ ਜਾਰੀ ਰਹਿਣਗੀਆਂ। ਅਸੀਂ ਤੁਹਾਨੂੰ ਇਹ ਦੱਸ ਦਈਏ ਕਿਹੜੀਆਂ ਸੇਵਾਵਾਂ ਜਾਰੀ ਰਹਿਣਗੀਆਂ। ਇਹਨਾਂ ਵਿੱਚ ਰਾਸ਼ਨ, ਖਾਣ ਪੀਣ ਦੀਆਂ ਵਸਤਾਂ, ਤਾਜ਼ੇ ਫਲ ਅਤੇ ਸਬਜ਼ੀਆਂ ਇਹ ਮਿਲਦੀਆਂ ਰਹਿਣਗੀਆਂ। ਮਿਲਕ ਪਲਾਂਟ, ਡੇਅਰੀ ਯੂਨਿਟ, ਚਾਰਾ ਬਣਾਉਣ ਵਾਲੇ ਯੂਨਿਟ ਇਹ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਪੈਟਰੋਲ ਪੰਪ, CNG ਦੀਆਂ ਸੇਵਾਵਾਂ ਅਤੇ ਗੈਸ ਸਿਲੰਡਰ, ਭਾਵੇਂ ਉਹ ਕਮਰਸ਼ੀਅਲ ਹੈ ਭਾਵੇਂ ਉਹ ਘਰੇਲੂ ਹੈ, ਉਹ ਵੀ ਉਪਲਬਧ ਰਹਿਣਗੇ। ਸਿਹਤ ਸੇਵਾਵਾਂ, ਮੈਡੀਕਲ ਅਤੇ ਸਿਹਤ ਉਪਕਰਨ ਅਤੇ ਦਵਾਈਆਂ ਦੀਆਂ ਦੁਕਾਨਾਂ ਇਹ ਵੀ ਖੁੱਲ੍ਹੀਆਂ ਰਹਿਣਗੀਆਂ। ਬੈਂਕ, ATM, ਪੋਸਟ ਆਫਿਸ ਅਤੇ ਬੀਮਾ ਕੰਪਨੀਆਂ ਵੀ ਖੁੱਲ੍ਹੀਆਂ ਰਹਿਣਗੀਆਂ। ਸੰਚਾਰ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ। ਰਾਈਸ ਮਿੱਲਾਂ, ਝੋਨੇ ਅਤੇ ਕਣਕ ਦੀਆਂ ਢੋਆ ਢੁਆਈ ਜਿਹੜੀ ਹੈ ਉਹ ਵੀ ਜਾਰੀ ਰਹੇਗੀ। ਭੋਜਨ ਸਟੋਰ ਕਰਨ ਲਈ ਜਿਹੜੀਆਂ ਬੋਰੀਆਂ ਨੇ, PP ਬੈਗ, ਤਰਪਾਲ, ਜਾਲੀਆਂ ਆਦਿ ਵੀ ਇਹ ਸਭ ਮਿਲੇਗਾ। ਅਤੇ ਫਸਲ ਦੀ ਕਟਾਈ ਲਈ ਕੰਬਾਈਨਾਂ ਅਤੇ ਹੋਰ ਸੁਵਿਧਾਵਾਂ ਵੀ ਜਾਰੀ ਰਹਿਣਗੀਆਂ। ਇੱਥੇ ਮੈਂ ਇਹ ਦੱਸ ਦੇਵਾਂ ਕਿ ਇਸ ਲੋਕਡਾਊਨ ਦਾ ਮਕਸਦ ਕੀ। ਇਸ ਲੋਕਡਾਊਨ ਦਾ ਮਕਸਦ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਦੇ ਵਿੱਚ ਰਹਿਣਗੇ, ਮੂਵਮੈਂਟ ਜਿਹੜੀ ਹੈ ਉਹ ਘੱਟ ਤੋਂ ਘੱਟ ਹੋਏਗੀ, ਜਿਸ ਦੇ ਨਾਲ ਜਿਹੜੇ ਕਰੋਨਾ ਵਾਇਰਸ ਹੈ ਅਤੇ COVID-19 ਜਿਹੜੀ ਬਿਮਾਰੀ ਹੈ ਇਹ ਜਿਹੜੇ ਲੋਕਾਂ 'ਚ ਫੈਲ ਚੁੱਕੀ ਹੈ ਉਹਨਾਂ ਤੱਕ ਹੀ ਰਹੇਗੀ। ਉਸ ਤੋਂ ਇਲਾਵਾ ਲੋਕ ਜਿਹੜੇ ਨੇ ਉਹ ਇਨਫੈਕਟ ਨਹੀਂ ਹੋਣਗੇ, ਬਾਕੀ ਲੋਕਾਂ 'ਤੇ ਅਸਰ ਨਹੀਂ ਹੋਏਗਾ। ਇਸਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਇਹਨੂੰ ਜਿਹੜਾ ਕਰੋਨਾ ਵਾਇਰਸ ਹੈ ਇਸਦੇ ਫੈਲਾਵ ਨੂੰ ਸਲੋਅ ਕੀਤਾ ਜਾਵੇ ਜਿੱਥੋਂ ਤੱਕ ਸੰਭਵ ਹੋ ਸਕਦਾ ਹੈ। ਫਿਲਹਾਲ ਲੋਕਡਾਊਨ 31 ਮਾਰਚ ਤੱਕ ਰਹੇਗਾ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਦਾ ਫੈਸਲਾ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਕੀਤਾ ਜਾਵੇਗਾ। ਅਰਵਿੰਦ ਛਾਬਲਾ, BBC, ਚੰਡੀਗੜ੍ਹ।